ਸਤਿ ਸ੍ਰੀ ਅਕਾਲ ਜੀ ਮੈਂ ਥਾਰਾ ਗੱਲਾਂ ਗਲਾਕਲ ਪਰਮਜੀਤ ਲਾਡਾ ਲਾਡਾ ਡਿਸਕਸਰ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਪੰਜਾਬ ਨਿਊਜ਼ ਲੈ ਕੇ ਹਾਜ਼ਰ ਹੋ ਲਿਆ ਆਰ ਜਿਤ ਨੇ ਮੇਰੇ ਵੀਰ ਭੈਣ ਭਾਈ ਮਾਰੀ ਗੱਲ ਜੁੜ ਗਏ ਆਰ ਵੀਰ 2 ਸਤੰਬਰ ਦਾ ਅੱਜ ਦਿਨ ਔਰ ਬੜੀਆਂ ਖਬਰਾਂ ਮੈਂ ਨਿਗਾਹ ਮਾਰਾਂ ਪਹਿਲਾਂ ਸੁਰੇਸ਼ ਰੈਣੇ ਦਾ ਫੁੱਫੜ ਔਰ ਫੁੱਫੜ ਔਰ ਭਰਾ ਕੇ ਕਤਲ ਕੇ ਕੇਸ ਮੈਂ ਐਸ ਆਈ ਟੀ ਦਾ ਗਠਨ ਹੋ ਗਿਆ ਪੰਜਾਬ ਮਾਂ ਯੋ ਮੁਫਤ ਸਿੱਖਿਆ ਐਲਾਨ ਕਰੀ ਦੀ ਰਾਜੇ ਨੇ ਇਬ ਫੀਸ ਵਸੂਲੀ ਦੀ ਹੁਕਮਾਂ ਨੂੰ ਵਾਪਸ ਲੈਣ ਦੀ ਮੰਗ ਜੋ ਕਸੂਤਾ ਫਸ ਗਈ ਕੈਪਟਨ ਸਰਕਾਰ ਹਰਪਾਲ ਚੀਮੇ ਨੇ ਮਾਰਿਆ ਤੰਜ ਕਹਿ ਸਾਧੂ ਤੋਂ 9 ਕੰਮ ਚੋਰਾਂ ਵਾਲੇ ਓਲੰਪਿਕ ਵਿੱਚ ਕੁਆਲੀਫਾਈ ਕਰਨੇ ਵਾਲੀ ਪੰਜਾਬਣ ਮੁੱਕੇਬਾਜ਼ ਸਿਮਰਨਜੀਤ ਨੂੰ ਪੰਜਾਬ ਸਰਕਾਰ ਨੇ 5 ਲੱਖ ਚੈੱਕ ਦਿਆ ਸੰਵੇਦ ਸੈਣੀ ਨੂੰ ਪਿਆ ਝਟਕਾ ਕੋਰਟ ਨੇ ਅਗਲੀ ਜ਼ਮਾਨਤ ਦੀ ਅਰਜ਼ੀ ਕਰਤੀ ਰੱਦ ਪਹਿਲਾਂ ਬੜੀਆਂ ਖਬਰਾਂ ਆਪਾਂ ਚਲਾਂ ਯੋ ਜਿਹੜਾ ਭਾਰਤੀ ਕ੍ਰਿਕਟ ਟੀਮ ਦਾ ਖਿਲਾੜੀ ਸੁਰੇਸ਼ ਰੈਣਾ ਇਸਕਾ ਫੁੱਫੜ ਔਰ ਇਸਕਾ ਚਚੇਰਾ ਭਰਾ ਇਸਕੀ ਹੱਤਿਆ ਕਰਤੀ ਔਰ ਜਾਂਚ ਵਾਸਤੇ ਐਸ ਆਈ ਟੀ ਦਾ ਗਠਨ ਕਰਿਆ ਪਠਾਨਕੋਟ ਪੁਲਿਸ ਕੇ ਮੁਤਾਬਕ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਔਰ ਪਛਾਣ ਇਸ ਕਰਕੇ ਛਾਪੇਮਾਰੀ ਕਰ ਰਹੇਗਾ ਔਰ ਰਾਜੇ ਨੇ ਇਸ ਮਾਮਲੇ ਮੈਂ 3 ਮੈਂਬਰੀ ਐਸ ਆਈ ਟੀ ਗਠਨ ਕਰਤੇ ਆ ਐਸ ਆਈ ਟੀ ਦੀ ਅਗਵਾਈ ਮਾਂ ਆਈ ਜੀ ਯੋ ਬੋਰਡਰ ਰੇਂਜ ਐਸ ਪੀ ਐਸ ਪਰਮਾਰ ਇਸ ਨੂੰ ਲਾਇਆ ਗਾ ਔਰ ਇਸਕੇ ਗੈਲ ਗੈਲ ਐਸ ਐਸ ਪੀ ਪਠਾਨਕੋਟ ਗੁਲਨੀਤ ਇਸ ਨੂੰ ਐਸ ਆਈ ਟੀ ਮੈਂ ਸ਼ਾਮਿਲ ਕਰਿਆ ਰਾਜੇ ਨੇ ਟਵੀਟ ਕਰਕੇ ਦੱਸਿਆ ਵੀਰ ਕਾ ਟੈਨਸ਼ਨ ਨਾ ਕਰਦਾ ਹਾਂ ਵੀਰ ਕੋਈ ਐਸੀ ਬਾਤ ਨਹੀਂ ਔਰ ਨਿਊਜ਼ ਏਜੰਸੀ ਐਨ ਆਈ ਨਾਲ ਗੱਲਬਾਤ ਹੋਈ ਔਰ ਐਸ ਪੀ ਪ੍ਰਭਜੋਤ ਸਿੰਘ ਇਹ ਦੱਸ ਰਿਹਾ ਗਾ ਸੁਰੇਸ਼ ਰੈਣਾ ਦਾ ਫੁੱਫੜ ਦਾ ਚੇਰਾ ਭਾਈ ਇਸਕਾ ਕਤਲ ਕਰਤਿਆ ਔਰ ਪੁਲਿਸ ਕਾਲ ਫਿਰ ਨਹੀਂ ਟੋਲਦੀ ਫਿਰ ਨਹੀਂ ਗਾ ਬੰਦਿਆਂ ਟੋਲ ਰਹੇ ਆਪਾਂ ਇਸ ਮਾਮਲੇ ਬਖਾ ਜਾਂਚ ਕਰੇਂਗੇ ਐਸ ਆਈ ਟੀ ਬਣਾ ਦੇਗਾ ਵੱਖ ਵੱਖ ਜਗ੍ਹਾ ਛਾਪੇਮਾਰੀ ਮਾਰ ਰਹੇ ਔਰ ਅੱਜ ਸੁਰੇਸ਼ ਰੈਣੇ ਨੇ ਆਪਣੇ ਪਰਿਵਾਰ ਗੱਲ ਹੋਏ ਇਸ ਹਾਦਸੇ ਦਾ ਬਿਆਨ ਇਹ ਟਵਿੱਟਰ ਕਰਿਆ ਰੈਣਾ ਕਰਿਆ ਗਾ ਵੀ ਇਹ ਮੇਰੇ ਰਿਸ਼ਤੇਦਾਰ ਪਠਾਨਕੋਟ ਮਾਂ ਹਮਲਾ ਹੋਇਆ ਔਰ ਚਾਚੇ ਕੀ ਪਠਾਨਕੋਟ ਮਾਂ ਹੱਤਿਆ ਕਰਤੀ ਔਰ ਰੈਣਾ ਦਾ ਕਜਨ ਭਾਈ ਗਾ ਭੂਆ ਗਾ ਇਸਕੇ ਉੱਪਰ ਹਮਲਾ ਹੋਇਆ 3 ਦਿਨ ਤੱਕ ਮੌਤ ਦਾ ਜੰਗ ਲੜਨ ਦੇ ਬਾਅਦ ਕਜਨ ਵੀ ਦਮ ਤੋੜ ਗਿਆ ਵਿਚਾਰਾ ਇਹ ਰੈਣਾ ਕੀ ਭੂਆ ਕੀ ਹਾਲਤ ਕਾ ਬਹੁਤ ਢਿੱਲੀ ਦੱਸ ਰਹੇਗਾ ਇਸ ਕਰਕਾ ਇਹ ਰਾਜਾ ਕਹਿ ਰਿਹਾ ਕੋਈ ਐਸੀ ਬਾਤ ਨਹੀਂ ਡਾਕਟਰ ਲਾ ਤੇ ਮਾਨੇ ਔਰ ਇਸ ਮਾਮਲੇ ਅਕਾਲੀ ਦਲ ਜਨਰਲ ਸਕੱਤਰ ਬਿਕਰਮ ਮਜੀਠੀਆ ਇਸ ਨੇ ਵੀ ਰਾਜੇ ਨੂੰ ਘੇਰ ਲਿਆ ਔਰ ਅਕਾਲੀ ਲੀਡਰ ਇਸ ਮਾਮਲੇ ਰੇਤ ਮਾਫੀਆ ਗੱਲ ਜੋੜੇ ਇਹ ਰੈਣਾ ਕੇ ਟਵੀਟ ਪਰ ਹੀ ਟਵੀਟ ਮਾਰਿਆ ਉਸਨੇ ਕਹਾ ਵੀ ਉਹ ਤਾਂ ਇਸ ਤਰ੍ਹਾਂ ਹੋ ਰਿਹਾ ਵੀਰ ਔਰ ਉੱਧਰ ਰਾਜੇ ਨੇ ਉਹ ਕਹਿ ਵੀ ਬਿਆਨ ਦਿਆ ਤਾ ਆਪਣੇ ਬਿਆਨ ਮੈਂ ਫਸ ਗਿਆ ਰਾਜਾ ਕਰੋਨਾ ਮਹਾਂਮਾਰੀ ਮੈਂ ਰਾਜੇ ਨੇ ਕਹਿ ਤਾ ਦਿਆ ਕਾ ਸਕੂਲਾਂ ਵਾ ਕਾ ਫੀਸ ਨਹੀਂ ਲੈਂਦੇ ਔਰ ਰਾਜੇ ਨੇ ਇਸ ਮੁੱਦੇ ਦਾ ਬਿਆਨ ਦਿਆ ਸਰਕਾਰੀ ਸਕੂਲਾਂ ਪੜ੍ਹ ਰਹੇ ਨਿਆਣੇ ਜਿਹੜੇ ਇਹਨਾਂ ਤੇ ਕੋਈ ਫੀਸ ਨਹੀਂ ਦੇਣੀ ਈ ਵੀ ਸਿੱਖਿਆ ਭਾਵ ਵਾਲੇ ਕਰੇਗਾ 11ਵੀਂ ਵਾਲੇ 12ਵੇਂ ਨਿਆਣੇ ਨਾ ਤੋ ਕਾ ਜੋ ਕਾ ਫੀਸਾਂ ਲੇਗਾ ਗਾ ਨੋਟੀਫਿਕੇਸ਼ਨ ਜਾਰੀ ਕਰਤਿਆ ਵੀਰਬ ਇਸ ਮਾਮਲੇ ਆਮ ਆਦਮੀ ਪਾਰਟੀ ਪੰਜਾਬ ਨੇ ਇਹ ਘੇਰਿਆ ਰਾਜੇ ਦੀ ਸਰਕਾਰ ਨੂੰ ਕਹਾ ਵੀ ਉਹ ਤਾਂ ਮੁੱਖ ਮੰਤਰੀ ਦਾ ਗਲਤ ਕੰਮ ਕਰ ਰਿਹਾ ਸਰਕਾਰੀ ਸਕੂਲਾਂ ਫੀਸ ਪਹਿਲੇ ਤੋਂ ਮਾਫੀ ਦਾ ਐਲਾਨ ਕਰਤਾ ਇਹ ਵਿਦਿਆਰਥੀ ਔਰ ਮਾਪਿਆਂ ਗੱਲ ਕਰਤਿਆ ਧੋਖਾ ਆਮ ਆਦਮੀ ਪਾਰਟੀ ਦੇ ਮੁਤਾਬਕ ਵਿਭਾਗ ਨੇ ਜਿਹੜੇ ਦਿਸ਼ਾ ਨਿਰਦੇਸ਼ ਦੀਏ ਕਾ ਝੂਠ ਕੇ ਪੋਲ ਖੋਲ ਕੇ ਰੱਖਤੀ ਔਰ ਆਮ ਆਦਮੀ ਪਾਰਟੀ ਨੇ ਬਿਆਨ ਦਿਆ ਕਹਿ ਮੁੱਖ ਮੰਤਰੀ ਆਪਣੇ ਫਾਰਮ ਹਾਊਸ ਪਰ ਬੈਠ ਕੇ ਸੋਸ਼ਲ ਮੀਡੀਆ ਪਰ ਸਰਕਾਰੀ ਸਕੂਲਾਂ ਕੇ ਬਾਰੇ ਮੈਂ ਮਾਰ ਰਿਹਾ ਕਾ ਗੱਲਾਂ ਦੂਸਰੇ ਪਾਸਾ ਕਾ ਮਹਿਕਮਾ 9ਵੀਂ 10ਵੀਂ 11ਵੀਂ 12ਵੀਂ ਦੇ ਨਿਆਣਿਆਂ ਪਾ ਇਹ ਫੀਸਾਂ ਵਸੂਲਣੇ ਦੇ ਹੁਕਮ ਜਾਰੀ ਕਰ ਰਿਹਾ ਈ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਕਹਾ ਵੀ ਕੰਟਰੋਲਰ 24 ਅਗਸਤ 2020 ਨੂੰ ਜਾਰੀ ਹੁਕਮ ਕੇ ਬਾਰੇ ਮੈਂ ਸਪਸ਼ਟੀਕਰਨ ਦਏਗਾ ਵੀ ਉਹ ਜਿਹੜਾ ਕਹਿ ਰਹੇ ਉੱਧਰ ਮਨਪ੍ਰੀਤ ਬਾਦਲ ਕਾ ਇਹ ਤਕਰੀਰ ਕੇ ਪੰਨੇ 44 ਹਵਾਲੇ ਦਾ ਦਿਆ ਕਹਾ ਵੀ ਵਿੱਤ ਮੰਤਰੀ ਪਵਿੱਤਰ ਸਦਨ ਦੇ ਵਿੱਚ ਮੈਂ ਖੜਕਾ ਕਹਿ ਰਿਹਾ ਦਾ ਕਹਾ 12ਵੇਂ ਲੈਣੇ ਮੁਫਤ ਪੜ੍ਹਾਈ ਕਰਾਵੇਂਗੇ ਇਹੋ ਕਿਆ ਬਾਤ ਬਣੇਗਾ ਕਹਾ ਇਹੋ ਥੋੜ੍ਹੀ ਹੋਵਾ ਗਲਤ ਕੰਮ ਚਲੋ ਹੈ ਔਰ ਉੱਧਰ ਵੀਰ ਨਵੇਂ ਸ਼ਹਿਰ ਮੈਂ ਪਹੁੰਚਿਆ ਇਹ ਆਮ ਆਦਮੀ ਪਾਰਟੀ ਦਾ ਵਿਰੋਧੀ ਧਿਰ ਕਾ ਨੇਤਾ ਚੀਮਾ ਪਹੁੰਚਿਆ ਉੱਥਾਂ ਸਾਧੂ ਪਾ ਮਾਰਿਆ ਵੀਰ ਇਸ ਨੇ ਤੰਜ ਆ ਸਕਾਲਰਸ਼ਿਪ ਘਟਾਲੇ ਮਾਂ ਇਹੋ ਆਮ ਆਦਮੀ ਪਾਰਟੀ ਦਾ ਚੀਮਾ ਕਹਿ ਰਿਹਾ ਕਹਾ ਡੀ ਸੀ ਦਫ਼ਤਰ ਗਿਆ ਉੱਥਾਂ ਆ ਰੋਸ ਪ੍ਰਦਰਸ਼ਨ ਕਰਿਆ ਔਰ ਉੱਥਾਂ ਮੀਡੀਆ ਨਾਲ ਗੱਲ ਕਰੀ ਸਾਧੂ ਦਾ ਨਾਮ ਕਹਾ ਸਾਧੂ ਕੰਮ ਕਰ ਰਿਹਾ ਚੋਰਾਂ ਵਾਲੇ ਦਾ ਕੇਂਦਰ ਸਰਕਾਰ ਨੇ ਕਿਸ ਮਾਮਲੇ ਜਾਂਚ ਪਠਾਣੀ ਬਾਤ ਕਰੀ ਔਰ ਇਹ ਜਾਂਚ ਮੈਂ 2016 ਤੇ ਕਰੂਗਾ ਅਕਾਲੀ ਦਲ ਕੇ ਸਰਕਾਰ ਮੈਂ ਬੀਜੇਪੀ ਦਾ ਗੱਠਜੋੜ ਤਾਂ ਜਦ ਸਕਾਲਰਸ਼ਿਪ ਘੁਟਾਲਾ ਕਹਾ ਜਦ ਵੀ ਹੋਇਆ ਬਹੁਤ ਬੜਾ ਉਦੋਂ ਕਹਾ ਪਤਾ ਹੀ ਨਹੀਂ ਲੱਗਿਆ ਇਹ ਪਤਾ ਲੱਗਿਆ ਜਾ ਅੱਗਾ ਸੀ ਬੀ ਆਈ ਜਾਂਚ ਕਰਾਉਣ ਦੀ ਮੰਗ ਕਰਤੀ ਰਾਜੇ ਪਾ ਨਿਸ਼ਾਨਾ ਮਾਰਿਆ ਔਰ ਕਹਿ ਰਿਹਾ ਵੀਰ ਕੈਪਟਨ ਆਪਣੇ ਕਾ ਸਰਕਾਰੀ ਨਿਵਾਸ ਮੈਂ ਆਪਣੇ ਮੁੰਡੇ ਨੂੰ ਬਿਠਾਇਆ ਵਾ ਔਰ ਆਪ ਸ਼ੀਸ਼ਮਾ ਵਾਲੇ ਪ੍ਰਾਈਵੇਟ ਮਹਿਲ ਮੈਂ ਬੈਠਿਆ ਨਜ਼ਾਰੇ ਲੁੱਟ ਰਿਹਾ ਕਹਾ ਇਸ ਨੂੰ ਕਿਆ ਪਤਾ ਬਾਹਰ ਕਿਆ ਹੋ ਰਿਹਾ ਲੋਕ ਡਰਾ ਡਰਾ ਘਰਾਂ ਮੈਂ ਬਾੜੇ ਵੇ ਕਹਾ
राजा कह रहा इतने मार्चेंगे, दवाई का करो हीला, मंजिया का करो, बिस्तरिया करो हीला, हैं? का धर्मशाला में घेर दो, कोई नहीं बीमार ढीला, सब ठीक हो जा, सारे अस्पताल में जावा, उठा बंदा मर जा, यो को बात बना, कलेस खड़ा हो गया। चलो खैर, और उधर ओलंपिक में क्वालीफाई करने वाली कुड़ी जड़ी मुके खेडा सिमरनजीत, इसन 5 लाख चेक दिया, ये उठा गया था राणा गुरमीत, यो राणा गुरमीत सोटी ने फल ध्याने दिया, यो सिमरनजीत की बीबी बुलाई उठा, फिर राजपाल का और उठा गई 5 लाख चेक दिया, बीबी ये फल ले, अब मुके वा सिमरनजीत का और यो अपने दफ्तर बुलाया राजे दे, और उठा 5 लाख चेक देने का ऐलान कर, राजा कहा 5 लाख देगा कुड़ी कोई बात नहीं, और उठा गई थी ओलंपिक में क्वालीफाइड कर, आई भी उठा चौंती का लिया समा तगमा जीत का उठा, फिर कहा भी ये तो बहुत बढ़िया कुड़िया प्रेरणा बनेगी, ये कुड़ी तो कहा जेडे बंदे अपना भविख देखा मुक्केबाजी में, और उधर सिमरन की बीबी जड़ी राजपाल कौर यो कहे बहुत खुश होएगा 5 लाख चेक दिया भीर, और उठा चेक लेगा फिर बहुत खुश होएगा, कुड़ी ने कहा तो बहुत बढ़िया काम करते, चलो खैर, और उधर सबका डी जी पी समेत सैनी इसके मुश्किल आ गई भीर, मोहाली के कोर्ट में गाऊ जमानत लाई थी खारिज होगी, 38 साल पुराना केस मोहाली के मटौर थाने का 6 मई का समेत सैनी खिलाफ FIR यो दर्ज हुई भी, सैनी के खिलाफ अगवा सबूत मिटाने और होर धारा लगिया, पर बाद में कतल की धारा जोड़ती, जिस तरह सिद्धू आर्म रैक्ट भी ला दी थी, इस तरह यो मतलब फिर कतल की धारा लाका पिछले यो दिनों में मोहाली की यो था पुलिस ने रेड मारा, सैट ने यो यो सैनी की चंडीगढ़ में उठा घर हिमाचल प्रदेश में उठा जाका रेड करी था, और सफेद सैनी को अदालत में जाने का विकल्प, सरकारी वकील यो मुल्तानी कह रहा हत्या की जांच उसकी मांग कर रहा, आका गिरफ्तार करो इसनु कहा, चलो घर भी देखो, और उठा भीर यो गणेश विसर्जन उठा यो यो SBS नगर में बंगे में उठा, बहुत दुखदाई खबर, गणपति जी की मूर्ति विसर्जन कारण गया था छोकरा सतलुज दरिया में, यो गैले डूब गया, और उठा घटना यो माछी बाड़े पूड़ के तले हुई, और पानी तेज था छोकरा लज्जे नहीं, ईवा बंगे के विधवा था लोग गणेश भगवान गणेश की मूर्ति का विसर्जन कर सतलुज दरिया में गए, तो उठा बस नौजवान लज्जे नहीं डूब उठा, पर यो 17 साल उठा कह लो 17 नमन पानी इसके बिचों डूब गया छोकरा, चलो है दुखदाई खबर, ये अज दी बड़ी खबर दी, होर खबर इतनी थारे गल चले गए फिर लाडा डिस्कशन रेडियो प्रोग्राम के बिच पंजाब न्यूज़ थारे पर रोज़ लेकर आवां, चैनल कर दो सबसक्राइब, ईव लाडा कर रहा सारे नु प्यार भरी सत श्री अकाल, ज्योतिष आर के शास्त्री रूहानी ते काले इलम दे माहिर, 72 घंटियां विच घर बैठे हर तरह दा समाधान, वशीकरण करना जां तोड़ना, प्यार विच धोखा, लव मैरिज, पति पत्नी विच अणबण, सौतन दुश्मन का नाश, धोखा खादे लोग सानू एक बार जरूर फोन कर, 8168 13 896 8168 13 896